ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰੋਫੈਸਰ ਸਿਮਰਨਜੀਤ ਸਿੰਘ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਸਾਡੇ YouTube ਪਲੇਟਫਾਰਮ ਲਰਨ ਟੂ ਐਕਚੁਅਲਾਈਜ਼ ਐਂਡ ਫਿਜ਼ੀਕਲ ਐਜੂਕੇਸ਼ਨ ਪ੍ਰੈਪ ਦੇ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੀਟੀਆਈ ਪਾਡਸ਼ਾਲਾ ਨਾਮ ਦੀ ਆਪਾਂ ਇੱਕ ਸੀਰੀਜ਼ ਚਲਾਈ ਹੋਈ ਹੈ ਤੇ ਉਸ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਅਗਲਾ ਲੈਕਚਰ ਲੈ ਕੇ ਆਏ ਹਾਂ ਜੁਆਇੰਟ ਐਕਸ਼ਨਸ ਦੇ ਤੇ ਸੋ ਜੁਆਇੰੰਟ ਐਕਸ਼ਨਸ ਦੇ ਉੱਤੇ 8 ਤੋਂ 9 ਲੈਕਚਰਸ ਆਣਗੇ ਕੰਟੀਨਿਊਸਲੀ ਠੀਕ ਹੈ ਜੀ 8 ਤੋਂ 9 ਲੈਕਚਰਸ ਕੰਟੀਨਿਊਸਲੀ ਆਣਗੇ ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਦੋ ਜੁਆਇੰਟ ਐਕਸ਼ਨਸ ਬਾਰੇ ਗੱਲ ਕਰਾਂਗੇ ਇੱਕ ਸਾਡੇ ਕੋਲ ਹੈਗਾ ਫਲੈਕਸ਼ਨ ਤੇ ਦੂਸਰਾ ਸਾਡੇ ਕੋਲ ਹੈਗਾ ਐਕਸਟੈਂਸ਼ਨ ਸੋ ਜੇ ਤੁਸੀਂ ਪੀਟੀਆਈ ਪਾਡਸ਼ਾਲਾ ਦੇ ਨਾਲ ਜੁੜਨਾ ਚਾਹੁੰਦੇ ਹੋ ਠੀਕ ਹੈ ਜੀ ਜੇ ਤੁਸੀਂ ਜੁੜ ਤੇ ਲਿੰਕ ਜਿਹੜਾ ਹੈਗਾ WhatsApp ਗਰੁੱਪ ਦਾ ਲਿੰਕ PTI ਪਾਰਟ ਚਲਾ WhatsApp ਗਰੁੱਪ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਠੀਕ ਹੈ ਉੱਤੇ ਕਲਿੱਕ ਕਰੋ ਤੇ ਜੁਆਇਨ ਕਰੋ ਜੁਆਇਨ ਕਰਨ ਦਾ ਫਾਇਦਾ ਕੀ ਹੈ ਕਿ ਰੋਜ਼ ਆਪਾਂ ਤੁਹਾਡੇ ਵਾਸਤੇ 10 MCQ ਕੁਸ਼ਨ ਲਾਈਵ ਲੈ ਕੇ ਆਵਾਂਗੇ ਤੇ ਉਹਦੇ ਨਾਲ-ਨਾਲ ਤੁਹਾਨੂੰ PDFਸ ਪ੍ਰੋਵਾਈਡ ਕਰਾਂਗੇ ਉਹਦੇ ਨਾਲ-ਨਾਲ ਤੁਹਾਨੂੰ ਆਪਾਂ ਲੈਕਚਰਸ ਪ੍ਰੋਵਾਈਡ ਕਰਾਂਗੇ ਇਨਫੋਗ੍ਰਾਫਿਕਸ ਪ੍ਰੋਵਾਈਡ ਕਰਾਂਗੇ ਇੱਕਦਮ ਫ੍ਰੀ ਸੋ ਤੁਸੀਂ ਜੁੜ ਸਕਦੇ ਹੋ ਤੇ ਆਪਣੀ PTI 2000 ਦੀ ਪ੍ਰੈਪਰੇਸ਼ਨ ਨੂੰ ਹੋਰ ਬੂਸਟ ਕਰ ਸਕਦੇ ਹੋ so without wasting any time let's get started with our today's lecture that is on joint actions so gal kar de saade pehle joint action bare jada naam hai ga flexion theek hai ji so jinna bhi board de upar likhya hoya main koshish karunga ke jinna bhi likhya hoya mainu small small parts de vich chote chote tukdeyan de vich edi bond karke thanu samjhan di koshish kara ਠੀਕ ਹੈ ਜੀ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਲੈਕਸ਼ਨ ਦੀ ਡਿਫੀਨੇਸ਼ਨ ਬਾਰੇ ਸੋ ਫਲੈਕਸ਼ਨ ਇਜ਼ ਡਿਫਾਈਨਡ ਐਸ ਅ ਮੂਵਮੈਂਟ ਫਲੈਕਸ਼ਨ ਕੀਆ ਫਲੈਕਸ਼ਨ ਇਜ਼ ਡਿਫਾਈਨਡ ਐਸ ਅ ਮੂਵਮੈਂਟ ਫਲੈਕਸ਼ਨ ਇੱਕ ਮੂਵਮੈਂਟ ਹੈ ਤੇ ਮੂਵਮੈਂਟ ਹਮੇਸ਼ਾ ਕਿੱਥੇ ਹੁੰਦੀ ਆ ਮੂਵਮੈਂਟ ਹਮੇਸ਼ਾ ਸਾਡੇ ਜੋਇੰਟ ਤੇ ਹੁੰਦੀ ਆ ਅਗਲੀ ਚੀਜ਼ ਕੀ ਆ ਐਟ ਏ ਜੁਆਇੰਟ ਸੋ ਫਲੈਕਸ਼ਨ ਇਜ਼ ਡਿਫਾਈਂਡ ਐਜ਼ ਅ ਮੂਵਮੈਂਟ ਐਟ ਅ ਜੁਆਇੰਟ ਸੋ ਜਿੰਨੇ ਵੀ ਤੁਸੀਂ ਹੋਰ ਵੀ ਜੁਆਇੰਟ ਐਕਸ਼ਨਸ ਪੜ੍ਹਨੇ ਨੇ ਜੇ ਤੁਸੀਂ ਉਹਦੀ ਉਹਨੂੰ ਡਿਫਾਈਨ ਕਰਨਾ ਡੈਫੀਨੇਸ਼ਨ ਲਿਖਣੀ ਆ ਲਾਈਕ ਮੈਂ ਗੱਲ ਕਰਾਂ ਐਬਡਕਸ਼ਨ ਦੀ ਐਬਡਕਸ਼ਨ ਇਜ਼ ਡਿਫਾਈਂਡ ਐਜ਼ ਅ ਮੂਵਮੈਂਟ ਕਿੱਥੇ ਹੁੰਦੀ ਆ ਐਟ ਅ ਜੁਆਇੰਟ ਇੰਟਰਨਲ ਰੋਟੇਸ਼ਨ ਇਜ਼ ਡਿਫਾਈਂਡ ਐਜ਼ ਅ ਮੂਵਮੈਂਟ ਐਟ ਅ ਜੁਆਇੰਟ ਤੁਸੀਂ ਇਦਾਂ ਹੀ ਸ਼ੁਰੂ ਕਰਨਾ ਠੀਕ ਹੈ ਜੀ ਸੋ ਫਲੈਕਸ਼ਨ ਇਜ਼ ਡਿਫਾਈਂਡ ਐਜ਼ ਅ ਮੂਵਮੈਂਟ ਐਟ ਅ ਜੁਆਇੰਟ ਫਲੈਕਸ਼ਨ ਇੱਕ ਮੂਵਮੈਂਟ ਆ ਜਿਹੜੀ ਸਾਡੇ ਜੋੜ ਤੇ ਹੁੰਦੀ ਆ ਇੱਕ ਚੀਜ਼ ਹੋਰ ਕੁਐਸਚਨ ਤੁਹਾਨੂੰ ਆ ਸਕਦਾ ਹੈ ਵੈਰੀ ਇੰਪੋਰਟੈਂਟ ਹੈਗਾ ਕਿ ਜਿਹੜਾ ਸਾਡਾ ਜੋਇੰਟ ਜੋਇੰਟ ਮੂਵਮੈਂਟ ਕਰਵਾਉਂਦਾ ਨਹੀਂ ਹੈਗਾ ਜੋਇੰਟ ਮੂਵਮੈਂਟ ਨਹੀਂ ਕਰਵਾਉਂਦਾ ਜੋਇੰਟ ਮੂਵਮੈਂਟ ਨੂੰ ਕੀ ਕਰਦਾ ਸਿਰਫ ਜੋਇੰਟ ਮੂਵਮੈਂਟ ਨੂੰ ਅਲਾਉ ਕਰਦਾ ਹੈ ਕੀ ਕਰਦਾ ਹੈ ਅਲਾਉ ਕਰਦਾ ਹੈ ਤੇ ਮੂਵਮੈਂਟ ਕੌਣ ਕਰਵਾਉਂਦਾ ਹੈ ਮੂਵਮੈਂਟ ਸਾਡੇ ਮਸਲਸ ਕਰਵਾਉਂਦੇ ਨੇ ਇਹ ਚੀਜ਼ ਯਾਦ ਰੱਖਿਓ ਜੋਇੰਟ ਕੀ ਕਰਦਾ ਹੈ ਮੂਵਮੈਂਟ ਨੂੰ ਅਲਾਉ ਕਰਦਾ ਹੈ ਤੇ ਜਿਹੜੇ ਮੂਵਮੈਂਟ ਉਹ ਕੌਣ ਕਰਵਾ ਰਹੇ ਨੇ ਸਾਡੇ ਮਸਲਸ ਕਰਵਾ ਰਹੇ ਨੇ ਮਸਲਸ ਜ਼ੋਰ ਲਗਾਉਂਦੇ ਨੇ ਤਾਂ ਹੀ ਮੂਵਮੈਂਟ ਹੁੰਦੀ ਹੈ ਠੀਕ ਹੈ ਜੀ ਇਹ ਕੁਐਸਚਨ ਬਣ ਸਕਦਾ ਹੈ ਇਹ ਇਵੇਂ ਆ ਕਿ ਲਾਈਕ ਤੁਸੀਂ ਹੁਣ ਠੰਡ ਪੈ ਰਹੀ ਹੈ Shimla ਕੋਲ ਮੰ ਜਾਣਾ ਹੈ ਠੀਕ ਹੈ ਜੀ ਤੇ ਤੁਸੀਂ ਕੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਤੋਂ ਪਰਮਿਸ਼ਨ ਲੈਂਦੇ ਹੋ ਠੀਕ ਹੈ ਤੁਸੀਂ ਕਹਿੰਦੇ ਹੋ ਘਰਦਿਆਂ ਨੂੰ ਕਿ ਮੈਨੂੰ ਅਲਾਉ ਕਰੋ ਕਿ ਮੈਂ Shimla ਜਾਵਾਂ ਘੁੰਮਣ ਠੀਕ ਹੈ ਜੀ ਘੁੰਮਣ ਕੌਣ ਜਾ ਰਿਹਾ ਘੁੰਮਣ ਤੁਸੀਂ ਜਾ ਰਹੇ ਹੋ ਤੁਹਾਡੇ ਪੇਰੈਂਟਸ ਕੀ ਕਰ ਰਹੇ ਤੁਹਾਨੂੰ ਅਲਾਉ ਕਰ ਰਹੇ ਨੇ ਇਵੇਂ ਮੂਵਮੈਂਟ जोड़े ज्वाइंट्स ने मूवमेंट न अलाउ करते हैं बट मूवमेंट करवाता कौन है साढ़े मसल्स ये चीज़ याद रखियो ज्वाइंट्स हमेशा मूवमेंट अलाउ करते हैं सो फ्लैक्शन इज डिफाइंड एज ए मूवमेंट एट ए ज्वाइंट हूँ अगली गल कि फ्लैक्शन है की है वट इज़ फ्लैक्शन हूँ जो आप गल करिए फलैक्शन की अगर आप पढ़ते हैं सो दैट द वेंट्रल सॉफ्ट सर्फेस ऑफ द टू बॉडी पार्ट्स एट दैट जॉइंट कम क्लोजर ਟੂਗੇਦਰ ਸੋ ਇੱਕ ਜੇ ਜੋੜ ਆ ਠੀਕ ਹੈ ਇਹ ਜੁਆਇੰਟ ਹੈ ਇਹ ਜੁਆਇੰਟ ਕਿਹੜਾ ਹੈ ਮੇਰਾ ਐਲਬੋ ਜੁਆਇੰਟ ਠੀਕ ਹੈ ਜੀ ਹੁਣ ਇਹਦੇ ਨਾਲ ਦੋ ਬਾਡੀ ਪਾਰਟਸ ਨੇ ਠੀਕ ਹੈ ਜੀ ਇਹਦੇ ਨਾਲ ਕਿੰਨੇ ਬਾਡੀ ਪਾਰਟਸ ਨੇ ਦੋ ਬਾਡੀ ਪਾਰਟਸ ਨੇ ਕਿਹੜੇ ਕਿਹੜੇ ਦੋ ਬਾਡੀ ਪਾਰਟਸ ਨੇ ਇੱਕ ਮੇਰੀ ਆਰਮ ਹੈਗੀ ਆ ਇੱਕ ਮੇਰੀ ਫੋਰ ਆਰਮ ਹੈਗੀ ਆ ਤੇ ਜਿਹੜੀ ਮੇਰੀ ਆਮ ਆਮ ਦੀ ਜਿਹੜੀ ਆਹ ਵਾਲੀ ਸਤਾ ਆ ਇਹਨੂੰ ਆਪਾਂ ਕੀ ਬੋਲਦੇ ਆ ਇਹਨੂੰ ਆਪਾਂ ਵੈਂਟਰਲ ਬੋਲ ਦਿੰਦੇ ਆ ਇਹਨੂੰ ਆਪਾਂ ਇੰਟੀਰੀਅਰ ਬੋਲ ਦਿੰਦੇ ਆ ਜਾਂ ਇਹਨੂੰ ਆਪਾਂ ਸੌਫਟ ਸਰਫੇਸ ਬੋਲ ਦਿੰਦੇ ਆ ਇਵੇਂ ਜਿਹੜੀ ਮੇਰੀ ਫੋਰ ਆਮ ਆ ਇਹ ਦੀ ਕਿਹੜੀ ਸਰਫੇਸ ਆ ਇਹ ਦੀ ਵੈਂਟਰਲ ਇੰਟੀਰੀਅਰ ਜਾਂ ਇਹਨੂੰ ਸੌਫਟ ਪੰਜਾਬੀ ਜੇ ਮੈਂ ਕਹਾਂ ਕਿ ਅਗਲੀ ਸਤਾ ਠੀਕ ਹੈ ਇੰਟੀਰੀਅਰ ਮਤਲਬ ਕੀ ਹੁੰਦਾ ਅੱਗੇ ਵਾਲੀ ਸਤਾ ਠੀਕ ਹੈ ਜੀ ਸੋ ਜਦੋਂ ਇੱਕ ਜੋੜ ਦੇ ਨਾਲ ਲੱਗਦੇ ਦੋ ਬਾਡੀ ਪਾਰਟਸ ਦੀ ਅਗਲੀ ਸਤ੍ਹਾ ਇੱਕ ਦੂਸਰੇ ਦੇ ਨੇੜੇ ਆ ਜਾਵੇ ਜਦੋਂ ਇੱਕ ਜੋੜ ਦੀ ਨਾਲ ਲੱਗਦੇ ਬਾਡੀ ਪਾਰਟਸ ਦੀ ਅਗਲੀ ਸਤ੍ਹਾ ਠੀਕ ਹੈ ਜੀ ਵੈਂਟਰਲ ਸਰਫੇਸ ਇੱਕ ਦੂਸਰੇ ਦੇ ਨੇੜੇ ਆ ਜਾਵੇ ক্লোਜ਼ ਆ ਜਾਵੇ ਉਹਨੂੰ ਆਪਾਂ ਕੀ ਬੋਲਦੇ ਹਾਂ ਉਹਨੂੰ ਆਪਾਂ ਫਲੈਕਸ਼ਨ ਬੋਲਦੇ ਹਾਂ ਸੋ ਇਹ ਰਾਈਟ ਡੈਫੀਨੇਸ਼ਨ ਹੈ ਕਿ ਇਹ ਫਲੈਕਸ਼ਨ ਦੀ ਸੋ ਉਹਨੇ ਕੀ ਬੋਲਿਆ so that the ventral surface theek hai ventral matlab agli satah of two body parts do body parts the at that joint come closer together this is called flexion ik wari hor repeat kar raha ha jadon ik jod de naal lagde do body parts di agli satah ventral surface soft surface interior surface ik dusre de neede aa jave innu appa ki bolde ha ਫਲੈਕਸ਼ਨ ਸੋ ਆਈ ਹੋਪ ਸੋ ਮੈਂ ਕਾਮਯਾਬ ਹੋਇਆ ਤੁਹਾਨੂੰ ਸਮਝਾਉਣ ਦੇ ਵਿੱਚ ਅਗਲੀ ਆਪਾਂ ਗੱਲ ਕਰਦੇ ਹਾਂ ਫਲੈਕਸ਼ਨ ਐਂਡ ਐਕਸਟੈਂਸ਼ਨ ਆਰ ਮੂਵਮੈਂਟਸ ਥੈਟ ਅਕਰ ਇਨ ਸੈਜਿਟਲ ਪਲੇਨ ਫਲੈਕਸ਼ਨ ਇਜ਼ ਐਨ ਐਕਸੀਅਲ ਮੂਵਮੈਂਟ ਥੈਟ ਅਕਰ ਅਰਾਊਂਡ ਮੀਡੀਓ ਲਿਟਲ ਐਕਸਿਸ ਜਿਹੜੀ ਫਲੈਕਸ਼ਨ ਤੇ ਐਕਸਟੈਂਸ਼ਨ ਦੋਵੇਂ ਮੂਵਮੈਂਟਸ ਹੈਗੀਆਂ ਨੇ ਇਹ ਸਾਡੇ ਸੈਜਿਟਲ ਪਲੇਨ ਦੇ ਵਿੱਚ ਆਉਂਦੀਆਂ ਨੇ ਤੇ ਕਿਹੜੀ ਐਕਸਿਸ ਦੇ ਵਿੱਚ ਹੁੰਦੀ ਹੈ ਇਹ medio lateral axis so je jisne plains se upar lecture nahi dekhya hoya please highly recommended onu zarur dekho theek hai ji question aa sakta hai ki flexion extension kide plane de vich movement hundi hai je tuhanu nahi pata hoyega te tusi question attempt nahi kar paoge kyunki ek conceptual cheez hai uske baad agli cheez ki hai flexion involves a bending at a joint flexion de vich ki hunda bending hundi hai joint di for example tusi ith dekh rahe ho theek hai ji ਅਰ ਜੋਇੰਟ ਮੇਰਾ ਐਲਬੋ ਹੈ ਹੁਣ ਮੈਂ ਕੀ ਕਰ ਰਹਾ ਹਾਂ ਬੈਂਡਿੰਗ ਕਰ ਰਹਾ ਹਾਂ ਠੀਕ ਹੈ ਜੀ ਫਲੈਕਸ਼ਨ ਇਨਵੋਲਵਸ ਬੈਂਡਿੰਗ ਐਟ ਅ ਜੋਇੰਟ ਬੈਂਡ ਹੋ ਰਿਹਾ ਬਾਈਸੈਪਸ ਕਰਲ ਕਰਦੇ ਆ ਨਾ ਆਪਾਂ ਜਦੋਂ ਆਪਾਂ ਬਾਈਸੈਪਸ ਕਰਲ ਕਰ ਰਹੇ ਹਾਂ ਤੇ ਜੋਇੰਟ ਤੇ ਬੈਂਡਿੰਗ ਹੋ ਰਹੀ ਹੈ ਠੀਕ ਹੈ ਜੀ ਸੋ ਇਹ ਕੀ ਆ ਫਲੈਕਸ਼ਨ ਫਲੈਕਸ਼ਨ ਦੇ ਵਿੱਚ ਬੈਂਡਿੰਗ ਹੁੰਦੀ ਹੈ ਜੋਇੰਟ ਦੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਫਲੈਕਸ਼ਨ ਆਫ ਅ ਬਾਡੀ ਪਾਰਟ ਇਨਵੋਲਵਸ ਐਨ ਐਂਟੀਰੀਅਰ ਮੂਵਮੈਂਟ ਆਫ ਥੈਟ ਬਾਡੀ ਪਾਰਟ ਸੋ ਜਦੋਂ ਫਲੈਕਸ਼ਨ ਹੁੰਦੀ ਆ ਸਾਡੇ ਬਾਡੀ ਪਾਰਟ ਜਿਹੜਾ ਹੈਗਾ ਉਹਦੀ ਮੂਵਮੈਂਟ ਅੱਗੇ ਵੱਲ ਨੂੰ ਹੁੰਦੀ ਆ ਫੋਰ ਐਗਜ਼ਾਮਪਲ ਮੇਰੀ neck ਤੇ ਫਲੈਕਸ਼ਨ ਜਦੋਂ ਹੋਏਗੀ ਤੇ ਮੇਰਾ ਹੈਡ ਅੱਗੇ ਵੱਲ ਨੂੰ ਮੂਵ ਕਰੇਗਾ ਮੇਰੇ ਸ਼ੋਲਡਰ ਤੇ ਫਲੈਕਸ਼ਨ ਹੋਏਗੀ ਤੇ ਮੇਰੀ ਆਰਮ ਜਿਹੜੀ ਆ ਉਹ ਅੱਗੇ ਵੱਲ ਨੂੰ ਮੂਵ ਕਰੇਗੀ ਠੀਕ ਹੈ ਜੀ ਸੋ ਬਹੁਤ ਸਾਰੀ ਐਗਜ਼ਾਮਪਲਸ ਨੇ ਬਟ ਇਹਦੇ ਵਿੱਚ ਇੱਕ ਐਕਸੈਪਸ਼ਨ ਵੀ ਹੈਗੀ ਆ ਉਹਨੂੰ ਵੀ ਆਪਾਂ ਨੂੰ ਕਨਸਿਡਰ ਕਰਨਾ ਪਏਗਾ ਜਦੋਂ ਆਪਾਂ ਗੱਲ ਕਰੀਏ ਨੀ ਫਲੈਕਸ਼ਨ ਦੀ ਨੀ ਫਲੈਕਸ਼ਨ ਤੇ ਕੀ ਹੁੰਦਾ ਜਿਹੜੀ ਸਾਡੀ ਲੈਗ ਆ ਉਹ ਪਿੱਛੇ ਵੱਲ ਨੂੰ ਮੂਵ ਕਰਦੀ ਓਕੇ ਵੱਲ ਨੂੰ ਮੂਵ ਨਹੀਂ ਕਰਦੀ ਸੋ ਨੀ ਫਲੈਕਸ਼ਨ ਦੇ ਵਿੱਚ ਜਿਹੜੀ ਲੈਗ ਮੂਵ ਕਰ ਰਹੀ ਹੈ ਪਿੱਛੇ ਵੱਲ ਨੂੰ ਇੱਕ ਇੱਕ ਐਕਸੈਪਸ਼ਨ ਹੈ ਕੀ ਹੈ ਠੀਕ ਹੈ ਜੀ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਐਗਜ਼ਾਮਪਲਸ ਆਫ ਫਲੈਕਸ਼ਨ ਜੇ ਆਪਾਂ ਐਗਜ਼ਾਮਪਲਸ ਆਫ ਫਲੈਕਸ਼ਨ ਦੀ ਗੱਲ ਕਰੀਏ ਕਿਹੜੀ ਕਿਹੜੀ ਦੀ ਐਗਜ਼ਾਮਪਲ ਹੈਗੀ ਹੈ ਸਭ ਤੋਂ ਪਹਿਲਾਂ ਮੈਨੂੰ ਯਾਦ ਆਉਂਦਾ ਬਾਈਸੈਪਸ ਕਰਲ ਬਾਈਸੈਪਸ ਕਰਲ ਕੀ ਹੈ ਫਲੈਕਸ਼ਨ ਦੀ ਇੱਕ ਇੱਕ ਐਗਜ਼ਾਮਪਲ ਹੈਗੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਰੰਟ ਰੇਜ਼ਿਸ ਜਿਹੜੇ ਆਪਾਂ ਲਗਾਉਂਦੇ ਆ ਫਰੰਟ ਰੇਜ਼ਿਸ ਕੀ ਹੈ एक शोल्डर फलैक्शन की एग्जाम्पल है ठीक है जी शोल्डर की मूवमेंट हो रही है तो बाद आप गल करिए लैग रेजिस लैग रेजिस की है साढ़े हिप्स के उत्ते फलैक्शन हो रही है ठीक है जी लैग रेजिस्ट उस बाद आप गल करिएमस्टरिंग करल्स जुद्दी हैमस्ट्रिंग कर्ल्स है। के हो रही है नी फलैक्शन हो रही है सो so, ये कुछ एग्जाम्पल्स ने फलैक्शन दिव so, अगे आप गल करा एक्सटेंशन बारे ਸੋ ਐਕਸਟੈਂਸ਼ਨ ਜੋ ਮੂਵਮੈਂਟ ਹੈਗੀ ਆ ਉਹ ਫਲੈਕਸ਼ਨ ਦੇ ਆਪੋਜ਼ਿਟ ਮੂਵਮੈਂਟ ਹੈਗੀ ਆ ਸੋ ਹੁੰਦਾ ਕਿ ਐਕਸਟੈਂਸ਼ਨ ਦੇ ਵਿੱਚ ਜਿਵੇਂ ਇਹ ਮੇਰਾ ਇੱਕ ਜੋੜ ਆ ਜੋੜ ਦੇ ਨਾਲ ਲੱਗਦੇ ਆ ਦੋ ਬਾਡੀ ਪਾਰਟਸ ਇਹ ਮੇਰੀ ਆਰਮ ਆ ਇਹ ਮੇਰੀ ਫੋਰ ਆਰਮ ਆ ਸੋ ਇਸ ਫੋਰ ਆਰਮ ਦੀ ਜਿਹੜੀ ਪਿਛਲੀ ਸਰਫੇਸ ਡੋਰਸਲ ਸਰਫੇਸ ਕਹਿੰਦੇ ਇਹਨੂੰ ਆਪਾਂ ਜਾਂ ਪੋਸਟੀਰੀਅਰ ਸਰਫੇਸ ਕਹਿੰਦੇ ਜਾਂ ਹਾਰਡਰ ਸਰਫੇਸ ਕਹਿੰਦੇ ਤੇ ਆਰਮ ਦੀ ਜਿਹੜੀ ਡੋਰਸਲ ਸਰਫੇਸ ਪੋਸਟੀਰੀਅਰ ਸਰਫੇਸ ਜਾਂ ਹਾਰਡਰ ਸਰਫੇਸ ਜਦੋਂ ਇਹ ਇੱਕ ਦੂਸਰੇ ਦੇ ਨੇੜੇ ਆਉਂਦੀਆਂ ਨੇ ਠੀਕ ਹੈ ਜਦੋਂ ਇਹ ਇੱਕ ਦੂਸਰੇ ਦੇ ਨੇੜੇ ਆਉਂਦੀਆਂ ਨੇ ਇਹਨੂੰ ਆਪਾਂ ਕੀ ਬੋਲਦੇ ਆ ਇਹਨੂੰ ਆਪਾਂ ਐਕਸਟੈਂਸ਼ਨ ਬੋਲਦੇ ਆ ਸੋ ਐਕਸਟੈਂਸ਼ਨ ਕੀ ਆ ਐਕਸਟੈਂਸ਼ਨ ਇਸ ਡਿਫਾਈਨਡ ਐਸ ਮੂਵਮੈਂਟ ਐਟ ਅ ਜੋਇੰਟ ਐਂਡ ਇਟ ਇਸ ਆਪੋਜ਼ਿਟ ਟੂ ਦਾ ਫਲੈਕਸ਼ਨ ਠੀਕ ਹੈ ਜਿੱਥੇ ਕਿ ਲਿਖਿਆ ਐਕਸਟੈਂਸ਼ਨ ਇਸ ਦਾ ਆਪੋਜ਼ਿਟ ਆਫ ਫਲੈਕਸ਼ਨ ਮੀਨਿੰਗ ਦਾ ਡੋਰਸਲ ਮਤਲਬ ਪਿਛਲੀ ਸਤ੍ਹਾ ਪੋਸਟੀਰੀਅਰ ਸਰਫਸਿਸ ਹਾਰਡਰ ਸਰਫਸਿਸ ਆਫ ਦਾ ਬਾਡੀ ਪਾਰਟਸ ਬਾਡੀ ਪਾਰਟ ਕਿਹੜੇ-ਕਿਹੜੇ ਆ ਸਾਡੇ ਕੋਲ ਇੱਥੇ ਸਾਡੇ ਕੋਲ ਇੱਥੇ ਸਾਡੀ ਫੋਰ ਆਰਮ ਆ ਤੇ ਆਰਮ ਕਮ ক্লোਜ਼ਰ ਟੂਗੇਦਰ ਜਦੋਂ ਨੇੜੇ ਆ ਜਾਂਦੀਆਂ ਨੇ ਠੀਕ ਹੈ ਜੀ ਤੇ ਕੀ ਬੋਲਦੇ ਇਹਨੂੰ ਆਪਾਂ ਐਕਸਟੈਂਸ਼ਨ ਬੋਲਦੇ ਆ ਤੇ ਜਿਹੜੀ ਸਾਡੀ ਐਕਸਟੈਂਸ਼ਨ ਮੂਵਮੈਂਟ ਹੈ ਕਿਹੜੇ ਪਲੇਨ ਦੇ ਵਿੱਚ ਆਉਂਦੀ ਹੈ ਇਹ ਮੂਵਮੈਂਟ ਸਾਡੀ ਸੈਜੀਟਲ ਪਲੇਨ ਦੇ ਵਿੱਚ ਆਉਂਦੀ ਹੈ ਤੇ ਸੈਜੀਟਲ ਪਲੇਨ ਦੇ ਵਿੱਚ ਕਿਹੜੀ ਐਕਸਿਸ ਹੁੰਦੀ ਆ ਸੈਜੀਟਲ ਪਲੇਨ ਦੇ ਵਿੱਚ ਮੀਡੀਓ ਲਿਟਰਲ ਐਕਸਿਸ ਹੁੰਦੀ ਆ ਸੋ ਬੜਾ ਇੰਪੋਰਟੈਂਟ ਹੈਗਾ ਠੀਕ ਹੈ ਜੀ ਪਲੇਨਸ ਐਂਡ ਐਕਸਿਸ ਆਫ ਮੋਸ਼ਨ ਬਹੁਤ ਇੰਪੋਰਟੈਂਟ ਆ ਨਹੀਂ ਦੇਖੇ ਪਲੀਜ਼ ਰਿਵਿਊ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਵੀਡੀਓ ਦਾ ਲਿੰਕ ਸ਼ੇਅਰ ਕਰ ਦਿੱਤਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਐਕਸਟੈਂਸ਼ਨ ਆਫ ਅ ਬਾਡੀ ਪਾਰਟ ਇਨਵੋਲਵ ਅ ਪੋਸਟੀਰੀਅਰ ਮੂਵਮੈਂਟ ਆਫ 댓 ਬਾਡੀ ਪਾਰਟ ਸੋ ਜਿੱਦਾਂ ਮੇਰੀ ਨੈਕ ਹੈਗੀ ਆ ਨੈਕ ਤੇ ਜਦੋਂ ਐਕਸਟੈਂਸ਼ਨ ਹੋਏਗੀ ਤੇ ਮੇਰਾ ਹੈਡ ਜਿਹੜਾ ਹੈਗਾ ਉਹਦੀ ਮੂਵਮੈਂਟ ਪਿੱਛੇ ਵੱਲ ਹੋਏਗੀ ਮਤਲਬ ਪੋਸਟੀਰੀਅਰਲੀ ਉਹ ਮੂਵ ਕਰੇਗਾ ਇਵੇਂ ਮੇਰਾ ਸ਼ੋਲਡਰ ਜੋਇੰਟ ਦੇ ਉੱਤੇ ਜਿਹੜੀ ਐਕਸਟੈਂਸ਼ਨ ਹੋਏਗੀ ਤੇ ਮੇਰੀ ਆਰਮ ਪਿੱਛੇ ਵੱਲ ਨੂੰ ਮੂਵ ਕਰੇਗੀ ਇਵੇਂ 엘ਬੋ ਜੋਇੰਟ ਤੇ ਐਕਸਟੈਂਸ਼ਨ ਹੋਏਗੀ ਤੇ ਜਿਹੜੀ ਫੋਰ ਆਰਮ ਆ ਉਹ ਪਿੱਛੇ ਵੱਲ ਨੂੰ ਮੂਵ ਕਰੇਗੀ ਸੋ ਐਕਸਟੈਂਸ਼ਨ ਦੇ ਵਿੱਚ ਜਿਹੜਾ ਸਾਡਾ ਬਾਡੀ ਪਾਰਟ ਹੁੰਦਾ ਉਹ ਪਿੱਛੇ ਵੱਲ ਨੂੰ ਮੂਵ ਕਰਦਾ ਹੈ ਅਗਲੀ ਚੀਜ਼ ਐਕਸਟੈਂਸ਼ਨ ਇਨਵੋਲਵਸ ਏ ਜੋਇੰਟ ਸਟ੍ਰੇਟਨਿੰਗ ਆਊਟ ਫਲੈਕਸ਼ਨ ਦੇ ਵਿੱਚ ਕੀ ਪੜਿਆ ਸੀਗਾ ਕਿ ਬੈਂਡਿੰਗ ਹੁੰਦੀ ਆ ਤੇ ਐਕਸਟੈਂਸ਼ਨ ਦੇ ਵਿੱਚ ਕੀ ਹੁੰਦਾ ਜੋਇੰਟ ਸਟ੍ਰੇਟਨਿੰਗ ਆਊਟ ਸਿੱਧਾ ਹੁੰਦਾ ਠੀਕ ਹੈ ਜੀ ਸੋ ਇਹ ਕੀ ਹੈ ਐਕਸਟੈਂਸ਼ਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਐਕਸੈਪਸ਼ਨ ਬਾਰੇ ਜਿਹੜੀ ਮੈਂ ਗੱਲ ਕੀਤੀ ਸੀ ਨੀ ਜੋਇੰਟ ਤੇ ਸੋ ਇਨ ਦਾ ਨੀ ਜੋਇੰਟ ਫਲੈਕਸ਼ਨ ਇਜ਼ a posterior movement of the body part and extension is an anterior uh, movement of the body part so ਜਦੋਂ ਨੀ ਦੀ ਆਪਾਂ ਗੱਲ ਕਰੀਏ ਨੀ ਜੋਇੰਟ ਦੇ ਉੱਤੇ ਜਿਹੜੀ ਐਕਸਟੈਂਸ਼ਨ ਹੁੰਦੀ ਹੈ ਉਹਦੇ ਵਿੱਚ ਬੋਡੀ ਪਾਰਟ ਅੱਗੇ ਨੂੰ ਮੂਵ ਕਰਦਾ ਹੈ ਜਿਹੜੀ ਫਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਬੋਡੀ ਪਾਰਟ ਪਿੱਛੇ ਨੂੰ ਮੂਵ ਕਰਦਾ ਹੈ so ਇਹ ਇੱਕ ਐਕਸੈਪਸ਼ਨ ਆ ਇਹਨੂੰ ਯਾਦ ਰੱਖਿਓ ਠੀਕ ਹੈ ਜੀ so ਐਕਸਟੈਂਸ਼ਨ ਦੀਆਂ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਸ ਹੁੰਦੀਆਂ ਨੇ ਸਭ ਤੋਂ ਪਹਿਲਾਂ ਮੈਨੂੰ ਯਾਦ ਆਉਂਦੀ ਹੈ ਟ੍ਰਾਈਸੈਪਸ ਐਕਸਟੈਂਸ਼ਨ ਠੀਕ ਹੈ ਜੀ ਟ੍ਰਾਈਸੈਪਸ ਐਕਸਟੈਂਸ਼ਨ ਕੀ ਹੈ ਇੱਕ ਐਕਸਟੈਂਸ਼ਨ ਦੀ ਇਹ ਐਕਸਰਸਾਈਜ਼ ਹੈਗੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸ਼ੋਲਡਰ ਐਕਸਟੈਂਸ਼ਨ ਦੇ ਵਿੱਚ ਸਾਡੇ ਕੋਲੇ ਜਦੋਂ ਆਪਾਂ ਰੋਇੰਗ ਕਰਦੇ ਆ ਠੀਕ ਹੈ ਜੀ ਰੋਇੰਗ ਕੀ ਆ ਇੱਕ ਐਕਸਟੈਂਸ਼ਨ ਦੀ ਸ਼ੋਲਡਰ ਐਕਸਟੈਂਸ਼ਨ ਦੀ ਇੱਕ ਮੂਵਮੈਂਟ ਹੈਗੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਹਿਪਸ ਤੇ ਹਿਪਸ ਤੇ ਜਦੋਂ ਆਪਾਂ ਗਲੂਟ ਬ੍ਰਿਜਸ ਕਰਦੇ ਆ ਹਨਾ ਗਲੂਟ ਬ੍ਰਿਜਸ ਕਰਦੇ ਆ ਉਹ ਕੀ ਹੈ ਹਿਪ ਐਕਸਟੈਂਸ਼ਨ ਦੀ ਐਗਜ਼ਾਮਪਲ ਬਹੁਤ ਹੀ ਅੱਛੀ ਐਕਸਰਸਾਈਜ਼ ਆ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਨੀ ਐਕਸਟੈਂਸ਼ਨ ਤੇ ਜਦੋਂ ਆਪਾਂ ਨੀ ਐਕਸਟੈਂਸ਼ਨ ਕਰਦੇ ਆ ਐਕਸਰਸਾਈਜ਼ ਤੋ ਉਹ ਕੀ ਹੈਗੀ ਆ ਉਹ ਨੀ ਐਕਸਟੈਂਸ਼ਨ ਦੀ ਐਗਜ਼ਾਮਪਲ ਹੈ ਕੀ ਆ ਸੋ ਇਹ ਕੁਝ 4-5 ਐਗਜ਼ਾਮਪਲ ਤੁਹਾਨੂੰ ਦਿੱਤੀਆਂ ਨੇ ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ ਲੈਕਚਰ ਵਧੀਆ ਲੱਗਾ ਲਾਈਕ ਕਰੋ ਵੀਡੀਓ ਨੂੰ ਤੇ ਆਪਣੇ ਫਰੈਂਡਸ ਦੇ ਨਾਲ ਜਿਹੜੇ ਪੀਟੀਆਈ 2000 ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਟਿਲ ਦੈਨ ਮੈਨੂੰ ਦਿਓ ਇਜਾਜ਼ਤ ਸਸ਼੍ਰੀਕਾਲ